ਆਮਚਿਆ ਗਾਵਾਲਾ ਪਹਿਲੇ ਹਮਲਾ ਚਰੂਈ ਮਨੂ ਨੂੰ ਲਗਾਈ। ਪਹਿਲਾ ਸਾਲਾ ਪਿੰਡ ਪੱਲੇਦਾਰਾ ਦੇ ਪਿੰਡ ਵਜੋਂ ਜਾਣਿਆ ਜਾਂਦਾ ਸੀ। ਸਾਡੇ ਪਿੰਡ ਦੇ ਤਕਰੀਬਨ 100 ਲੋਕ ਕਪਾਹ ਦੀ ਉਪਜ ਨੂੰ ਤੋਲਣ ਅਤੇ ਲੱਦਣ ਦਾ ਕੰਮ ਕਰਦੇ ਸਨ। ਪਰ ਰੇਸ਼ਮ ਦੀ ਖੇਤੀ ਸ਼ੁਰੂ ਕਰਨ ਤੋਂ ਬਾਅਦ ਕਿਸੇ ਨੂੰ ਪਿੰਡ ਤੋਂ ਬਾਹਰ ਜਾਣ ਦੀ ਲੋੜ ਨਹੀਂ ਪਈ। ਇਸ ਦੇ ਬਜਾਏ ਹੁਣ ਲੋਕ ਇੱਥੇ ਮਜ਼ਦੂਰਾਂ ਵਜੋਂ ਕੰਮ ਕਰਨ ਆਉਂਦੇ ਨੇ। ਭਰਪੂਰ ਮਜ਼ਦੂਰ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦਾ ਪਿੰਡ ਰੂਈ ਹੁਣ ਮਹਾਰਾਸ਼ਟਰ ਸੂਬੇ ਦੇ ਸਿਲਕ ਹੱਬ ਵਜੋਂ ਜਾਣਿਆ ਜਾਂਦਾ ਹੈ। ਇਸ ਪਿੰਡ ਵਿੱਚ ਲਗਭਗ 1200 ਏਕੜ ਜ਼ਮੀਨ ਉੱਤੇ ਸ਼ਹਿਤੂਤ ਦੀ ਖੇਤੀ ਹੁੰਦੀ ਹੈ। ਜਦੋਂ ਤੁਸੀਂ ਪਿੰਡ ਵਿੱਚ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਰੇਸ਼ਮ ਦੀ ਖੇਤੀ ਲਈ ਹਰ ਪਾਸੇ ਸ਼ੈੱਡ ਨਜ਼ਰ ਆਉਣਗੇ। 2010 ਤੱਕ ਇਸ ਪਿੰਡ ਵਿੱਚ ਬਹੁਤੇ ਲੋਕਾਂ ਲਈ ਕਪਾਹ ਮੁੱਖ ਫਸਲ ਸੀ, ਕਿਉਂਕਿ ਇੱਥੇ ਪਾਣੀ ਦਾ ਕੋਈ ਪੱਕਾ ਸਰੋਤ ਨਹੀਂ ਹੈ। ਕੁਝ ਕਿਸਾਨਾਂ ਨੇ ਰੇਸ਼ਮ ਯਾਨੀ ਸਿਲਕ ਦੀ ਖੇਤੀ ਸ਼ੁਰੂ ਕੀਤੀ ਅਤੇ ਹੁਣ ਲਗਭਗ 550 ਕਿਸਾਨ ਸਿਲਕ ਫਾਰਮਿੰਗ ਕਰ ਰਹੇ ਨੇ। ਸਾਡੇ ਕੋਈ ਵੱਡਾ ਪਾਣੀ ਦਾ ਸਰੋਤ ਨਹੀਂ ਹੈ, ਇਸੇ ਲਈ 90% ਦੇ ਕਰੀਬ ਕਿਸਾਨ ਨਰਮੇ ਦੀ ਖੇਤੀ ਕਰਦੇ ਸਨ। ਖੇਤੀ ਲਈ ਮੀਂਹ ਦੇ ਪਾਣੀ ਉੱਤੇ ਨਿਰਭਰ ਰਹਿਣਾ ਪੈਂਦਾ ਸੀ ਜਾਂ ਫਿਰ ਵੱਡਾ ਨੁਕਸਾਨ ਝੱਲਣਾ ਪੈਂਦਾ ਸੀ। ਪਰ ਦੂਜੇ ਪਾਸੇ ਰੇਸ਼ਮ ਦੀ ਖੇਤੀ ਕਰਨ ਵਾਲੇ ਕਿਸਾਨ ਸਾਡੇ ਨਾਲੋਂ ਚੰਗੀ ਕਮਾਈ ਕਰਦੇ ਸਨ। ਜਮਲੇ ਨਹੀਂ ਸ਼ੇਤੀ ਕਰਾਇ ਮਜੀ ਤੇਜਤ ਆਮਾਲਾ ਉਤਪਨ ਆਪੇਕਸ਼ਿਤ ਭੇਟਤ ਨਹੋਤੋ ਆਨੀ ਰੇਸ਼ਿਮੋਲੇ ਆਮਚੇ ਸ਼ੇਜਰੀਜ਼ ਆਸਾਇਚੇ ਤੇਨਲਾ ਭਰਪੂਰ ਉਤਪਨ ਭੇਟਾਇਚੇ। ਸ਼ਿਵ ਪ੍ਰਸਾਦ 2017 ਤੱਕ ਬਤੌਰ ਡਰਾਈਵਰ ਕੰਮ ਕਰਦੇ ਸਨ, ਫਿਰ ਉਹਨਾਂ ਨੇ ਸਿਲਕ ਫਾਰਮਿੰਗ ਸ਼ੁਰੂ ਕੀਤੀ। ਉਹ 5 ਏਕੜ ਜ਼ਮੀਨ ਤੋਂ ਵੱਧ ਦੇ ਖੇਤਰ ਵਿੱਚ ਸ਼ਹਿਤੂਤ ਦੀ ਖੇਤੀ ਕਰਦੇ ਨੇ। ਉਹਨਾਂ ਮੁਤਾਬਕ ਨਰਮੇ ਦੀ ਥਾਂ ਰੇਸ਼ਮ ਦੀ ਖੇਤੀ ਵਿੱਤੀ ਤੌਰ ਤੇ ਲਾਹੇਵੰਦ ਸੌਦਾ ਹੈ। 1 ਏਕੜ ਜ਼ਰ ਕਾਪੂਸ ਲਾਉਲਾ ਤਾਂ ਸਾਧਾਰਨ ਖਰਚ 30,000 ਰੁਪਏ 30-35,000 ਰੁਪਏ ਖਰਚ ਹੋਤੋ। ਤੁਹਾਨੂੰ 1 ਏਕੜ ਤੋਂ ਵੱਧ ਖੇਤਰ ਵਿੱਚ ਨਰਮੇ ਦੀ ਖੇਤੀ ਲਈ 30-35,000 ਰੁਪਏ ਲਗਾਉਣੇ ਪੈਂਦੇ ਹਨ। ਇਸ ਨਾਲ ਵੱਧ ਤੋਂ ਵੱਧ ਕੋਈ 600 ਕਿਲੋ ਕਪਾਹ ਨਿਕਲਦੀ ਹੈ, ਜਿਸ ਦੀ ਕੀਮਤ 42-45,000 ਰੁਪਏ ਮਿਲਦੀ ਹੈ। ਬਹੁਤ ਘੱਟ ਮੁਨਾਫਾ ਹੁੰਦਾ ਹੈ। ਪਰ ਦੂਜੇ ਪਾਸੇ ਜੇ ਤੁਸੀਂ ਸਿਲਕ ਫਾਰਮਿੰਗ ਕਰਦੇ ਹੋ ਤਾਂ ਇਸ ਨੂੰ ਸਹੀ ਮਾਤਰਾ ਵਿੱਚ ਜੂਨ ਤੋਂ ਪਹਿਲਾਂ ਪਾਣੀ ਲਗਾਉਂਦੇ ਹੋ ਤਾਂ ਤੁਹਾਡਾ ਪਹਿਲਾ ਬੈਚ ਅਗਸਤ ਤੱਕ ਤਿਆਰ ਹੋ ਜਾਂਦਾ ਹੈ। ਜੇ ਤੁਸੀਂ ਇਸ ਦਾ ਸਹੀ ਤਰੀਕੇ ਨਾਲ ਧਿਆਨ ਰੱਖਦੇ ਹੋ ਤਾਂ ਤੁਸੀਂ 1 ਏਕੜ ਵਿੱਚੋਂ ਸਾਲ ਭਰ ਵਿੱਚ 4-5 ਬੈਚ ਕੱਢ ਸਕਦੇ ਹੋ। ਅਗਸਤ ਮਦੀ ਜਰ ਨਿਕਲੀ ਅਤੇ ਵਿਵਸਥਿਤ ਵਿਵਸਥਾਪਨ ਜਰ ਕੇਲੇ ਤਾਂ ਵਰਸ਼ਾਚੇ 4-5 ਆਰਾਮਸੀਰ ਮਦੀ 1 ਏਕੜ ਮਦੀ ਬੈਚ ਨਿਕਤਾ। 1 ਏਕੜ ਮਦੀ ਚੰਗਲਾ ਪਾਲਾ। ਜੇ ਤੁਸੀਂ ਪੌਦਿਆਂ ਦੀ ਚੰਗੀ ਗੁਣਵੱਤਾ ਬਣਾਈ ਰੱਖਦੇ ਹੋ ਤਾਂ ਤਕਰੀਬਨ 150 ਰੇਸ਼ਮ ਦੇ ਕੀੜੇ ਪੈਦਾ ਕੀਤੇ ਜਾ ਸਕਦੇ ਹਨ। ਇਸ ਨਾਲ ਤਕਰੀਬਨ 150 ਕਿਲੋ ਉਪਜ ਮਿਲਦੀ ਹੈ। ਮੌਜੂਦਾ ਸੀਜ਼ਨ ਵਿੱਚ 1 ਕੁਇੰਟਲ ਯਾਨੀ 100 ਕਿਲੋ ਦਾ ਰੇਟ 60-70,000 ਦੇ ਵਿਚਕਾਰ ਹੈ। ਇਸ ਲਈ 1.5 ਕੁਇੰਟਲ ਦੀ ਆਮਦਨ 1,00,000 ਦੇ ਕਰੀਬ ਹੈ ਅਤੇ ਇਸ ਲਈ ਖਰਚਾ ਕੇਵਲ 20-22,000 ਹੈ। ਉਤਪੰਨ ਹੋਤੋ ਅਤੇ 1,00,000 ਰੁਪਏ ਮਦੀ ਤੁਸੀਂ ਕਿਤੇ ਵੀ ਖਰਚ ਕੇਲਾ ਤੇਲਾ ਵਿਵਸਥਾਪਨ ਵਿਵਸਥਿਤ ਕਰਨੇਸਾਠੀ ਤਰ 20-22,000 ਰੁਪਏ ਖਰਚ ਹੀ ਤੋ ਜਾਲਾ। ਰੂਈ ਪਿੰਡ ਨੇ ਕਿਸਾਨਾਂ ਲਈ ਸੂਬਾ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਇਆ ਹੈ। ਹਾਂ ਐਮਆਰਜੀਸ ਮਦੂਨ ਕਈ ਤੁਮਚਾ ਪੋਖਰਾ ਯੋਜਨਾ ਤੋਂ ਅਸੀਂ ਸਰਕਾਰੀ ਸਬਸਿਡੀ ਦੀ ਮਦਦ ਨਾਲ ਆਪਣੇ ਪਿੰਡ ਵਿੱਚ ਕਰੀਬ 60-70 ਪਾਣੀ ਦੇ ਛੱਪੜ ਪੁੱਟੇ। ਇਸ ਨਾਲ ਲਗਾਤਾਰ ਪਾਣੀ ਦੀ ਸਪਲਾਈ ਯਕੀਨੀ ਹੁੰਦੀ ਰਹੀ। ਸਿਆਸਨ ਅਨੁਦਾਨ ਦਿੱਤਾ ਅਤੇ ਅਨੁਦਾਨ ਦਿਲੇ ਮੂਲ ਅਤੇ ਸਾਡੇ ਖੇਤ ਸਖਤ ਗਰਮੀਆਂ ਵਿੱਚ ਬਚ ਸਕਦੇ ਹਨ। ਸਿੱਤਲੇ ਮੂਲ ਆਮਲ ਤੇ ਪਾਣੀ ਉਪਲਬਧ ਹੋਇਆ ਲੱਗਲੇ ਤੇ ਮੂਲ ਆਮ ਚੀ ਰੇਸ਼ਮ ਉਨੜੇ ਮਦੀ ਸੁਧਾ ਵਾਚ। ਰੇਸ਼ਮ ਦੀ ਖੇਤੀ ਨੇ ਰੂਈ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। ਤੁਕਾਰਾਮ ਵਾਂਗ ਹੀ ਕਈ ਪਿੰਡ ਵਾਸੀ ਬਤੌਰ ਕੁਲੀ ਢੋਆ ਢੁਆਈ ਕਰਦੇ ਸਨ, ਪਰ ਹੁਣ ਉਹ ਕਿਸਾਨ ਬਣ ਗਏ ਨੇ। ਤੁਕਾਰਾਮ ਦੇ ਪਿਤਾ ਨੇ ਬਤੌਰ ਮਜ਼ਦੂਰ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਰੇਸ਼ਮ ਦੀ ਖੇਤੀ ਨੇ ਨਾਲ ਦੇ ਪਿੰਡਾਂ ਨੂੰ ਵੀ ਰੁਜ਼ਗਾਰ ਦਿੱਤਾ। ਜਾਂ ਸ਼ੇਰ ਚ ਉਭਾਰਨੀ ਸਾਡੀ ਜੇ ਖੱਡੇ ਖਾਂਦਾ ਲੱਗਦਾ। ਹੁਣ ਮੇਰੇ ਪਿਤਾ ਨੂੰ ਸਾਰਾ ਦਿਨ ਮਿਹਨਤ ਕਰਨ ਦੀ ਲੋੜ ਨਹੀਂ ਹੈ। ਹੁਣ ਉਹ ਸਾਡੇ ਆਪਣੇ ਹੀ ਫਾਰਮ ਸ਼ੈੱਡ ਵਿੱਚ ਕੁਝ ਘੰਟੇ ਕੰਮ ਕਰਨ ਤੋਂ ਬਾਅਦ ਘਰ ਮੁੜ ਆਉਂਦੇ ਨੇ। 2-4 ਘੰਟੇ ਚ ਕੰਮ ਕਰਨ ਘਰ ਹੀ ਆਉਂਦੇ। ਮੈਂ ਇੱਕ ਤਨ ਲਈ ਚੰਗਲੇ ਪ੍ਰਕਾਰ ਦਾ ਰੋਜ਼ਗਾਰ ਸ਼ੁਰੂ ਜ਼ਾਲਾ। ਰੂਈ ਪਿੰਡ ਦੇ ਕਿਸਾਨ ਹੁਣ 1 ਏਕੜ ਜ਼ਮੀਨ ਵਿੱਚ ਹਰ ਸਾਲ ਰੇਸ਼ਮ ਦੇ 6 ਬੈਚ ਕੱਢ ਲੈਂਦੇ ਨੇ। ਇਸ ਨਾਲ ਉਹਨਾਂ ਨੂੰ ਹਰ ਏਕੜ ਤੋਂ 3 ਲੱਖ ਦੇ ਕਰੀਬ ਮੁਨਾਫਾ ਹੋ ਜਾਂਦਾ ਹੈ। ਸ਼ੁਰੂਆਤ ਵਿੱਚ ਇਹ ਕਿਸਾਨ ਆਪਣੀ ਉਪਜ ਨੂੰ ਵੇਚਣ ਲਈ ਬੰਗਲੁਰੂ ਦੀ ਰਾਮਨਗਰ ਮਾਰਕੀਟ ਜਾਂਦੇ ਸਨ, ਪਰ ਹੁਣ ਵਪਾਰੀ ਖੁਦ ਉਹਨਾਂ ਦੇ ਪਿੰਡ ਆਉਂਦੇ ਨੇ। ਮਾਲਾ ਦਰ ਮਹੀਨੇ ਲਈ ਕਿਮਾਨ 3-10 ਲੱਖ। ਕੁੱਲ ਮਿਲਾ ਕੇ ਰੇਸ਼ਮ ਦੀ ਖੇਤੀ ਕਰਨ ਵਾਲੇ ਪਿੰਡ ਦੇ ਕਿਸਾਨਾਂ ਦੀ ਸਾਲਾਨਾ ਟਰਨਓਵਰ 35-36 ਕਰੋੜ ਰੁਪਏ ਹੈ। 36 ਕਰੋੜ ਰੁਪਏ ਫਕਤ ਰੇਸ਼ਮ ਮਦੂਨ ਰੂਈ ਚਾ ਸ਼ੇਤਕਰਿਆਂ ਨੂੰ ਮਿਲਦਾ। ਰੂਈ ਪਿੰਡ ਵਿੱਚ ਨਰੇਗਾ ਅਤੇ ਪੋਖਰਾ ਵਰਗੀਆਂ ਸਕੀਮਾਂ ਤਹਿਤ 550 ਸ਼ੈੱਡ ਬਣਾਏ ਗਏ ਨੇ। ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਰੇਸ਼ਮ ਦੀ ਖੇਤੀ ਹੁੰਦੀ ਹੈ। ਇਸ ਸੋਕੇ ਵਾਲੇ ਖੇਤਰ ਵਿੱਚ ਰੇਸ਼ਮ ਦੀ ਖੇਤੀ ਲਗਾਤਾਰ ਆਮਦਨ ਦਾ ਸਾਧਨ ਬਣ ਗਈ ਹੈ। ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਹਮੀ ਯੋਜਨਾ ਮਨਰੇਗਾ ਤਹਿਤ 3,58,115 ਰੁਪਏ 3 ਸਾਲਾਂ ਵਿੱਚ ਦਿੱਤੇ ਜਾਂਦੇ ਨੇ। ਇਸ ਦੇ ਨਾਲ ਹੀ ਕਿਸਾਨ ਨੂੰ ਉਸਦੀ ਮਿਹਨਤ ਦਾ ਮਿਹਨਤਾਨਾ ਵੀ ਮਿਲਦਾ ਹੈ ਅਤੇ ਆਮਦਨੀ ਇੱਕ ਬੋਨਸ ਹੈ। ਇੱਕ ਸੁਰੱਖਿਅਤ ਫਸਲ ਹੈ, ਇਹ ਬੇਮੌਸਮੀ ਬਾਰਿਸ਼ ਨਾਲ ਪ੍ਰਭਾਵਿਤ ਨਹੀਂ ਹੁੰਦੀ। ਅਸਲ ਵਿੱਚ ਮੀਂਹ ਨਾਲ ਇਸਦਾ ਫਾਇਦਾ ਹੀ ਹੁੰਦਾ ਹੈ। ਅਜੂਨ ਜਰ ਵਿਚਾਰ ਕੇ ਆਪਾਂ ਇਹਦੇ ਜਰ ਪਹਾਲੋ ਤਾਂ ਇਹ ਪੀਕ ਸੁਰੱਖਿਅਤ ਪੀਕ ਹੈ। ਯਾਮਧ੍ਯੇ ਅਵਕਾਲ਼ੀ ਪਾਵਸਾਚਾ ਇਹਦੇ ਪਰਿਣਾਮ ਹੋਤ ਨਹੀਂ, ਅਵਕਾਲ਼ੀ ਪਾਵਸਾਚਾ ਚੰਗਲਾ ਪਰਿਣਾਮ ਹੋਤੋ। ਇਸ ਪਿੰਡ ਵਿੱਚ ਬਹੁਤ ਸਾਰੇ ਲੋਕ ਰੇਸ਼ਮ ਦੀ ਖੇਤੀ ਨਾਲ ਆਪਣੇ ਸੁਪਨੇ ਪੂਰੇ ਕਰ ਸਕਦੇ ਨੇ। ਕਈਆਂ ਨੇ ਘਰ ਬਣਾਏ, ਕਈਆਂ ਨੇ ਕਾਰਾਂ ਖਰੀਦੀਆਂ, ਕੁਝ ਆਪਣੇ ਬੱਚਿਆਂ ਨੂੰ ਅਗਲੀ ਪੜ੍ਹਾਈ ਲਈ ਸ਼ਹਿਰਾਂ ਵਿੱਚ ਭੇਜ ਸਕਦੇ ਸਨ। ਰੇਸ਼ਮ ਦੀ ਖੇਤੀ ਨੂੰ ਸਫਲ ਬਣਾਉਣ ਲਈ ਸ਼ੈੱਡ ਵਿੱਚ ਤਾਪਮਾਨ ਨੂੰ ਕੰਟਰੋਲ ਕਰਨਾ, ਸ਼ਹਿਤੂਤ ਦੀ ਗੁਣਵੱਤਾ ਨੂੰ ਕਾਇਮ ਰੱਖਣਾ ਅਤੇ ਸਿੰਚਾਈ ਬਹੁਤ ਜ਼ਰੂਰੀ ਨੇ।